ਪੰਜਵੇਂ ਕਦਮ ਤੇ ਗਈ ਏ ਅਦਰਾ ਦਵੇ ਲੈ ਬਤੂਲ ਦੀ ਨੂੰਹ ਦੇ ਦਾਮਨ ਨੂੰ ਛਿੱਕੀ ਆਈ ਅੰਧੇਰੀ ਰਾਤ ਮੁੜ ਕੇ ਵੇਖੇ ਚਾਰ ਸਾਲ ਦਾ ਕਾਸਮੇ ਹੱਥ ਬੰਨ ਕੇ ਪਿਆ ਦੈ ਅੰਮਾ ਤੂੰ ਨਾ ਵੰਜ ਫੁੱਫੀਆਂ ਨੂੰ ਮੈਂ ਬੁਲੈਣਾ ਕਿਉਂ ਮੇਰਾ ਲਾਲ ਅੰਮਾ ਤੁਸਾਂ ਤੁਰਦੇ ਹੋ ਵੇਖੋ ਮੇਰੇ ਬਾਬੇ ਦੀਆਂ ਮੁੱਠੀਆਂ ਪਈਆਂ ਬੰਦ ਹੁੰਦੀਆਂ ਨੇ ਮੇਰੇ ਬਾਬੇ ਦੀਆਂ ਅੱਖਾਂ ਪਈਆਂ ਬੰਦ ਹੁੰਦੀਆਂ ਚਿਹਰੇ ਦਾ ਰੰਗ ਪਿਆ ਤਬਦੀਲ ਹੁੰਦਾ ਅੰਮਾ ਤੁਸੀਂ ਤੁਰਦੇ ਹੋ ਮੇਰਾ ਬਾਬਾ ਕਦੀ ਅੱਖੀਂ ਬੰਦ ਕਰਦਾ ਜੇ ਕੁਝ ਬਣ ਗਈ ਨਾ ਮੈਂ ਚਾਹਵਣ ਜੋਗਾ ਨਾ ਬਾਬੇ ਦਾ ਤਾਤੁਲ ਹਨਕ ਵਲਾਵਣ ਜੋਗਾ ਅੰਮਾ ਤੂੰ ਬਾਬਾ ਸੰਭਾਲ ਮੈਂ ਜਾਣਾ ਮੇਰੀਆਂ ਫੁੱਫੀਆਂ ਜਾਣਨ ਮੇਰੀ ਸੈਣ ਤਲੀਆਂ ਮਲਦੀ ਏ ਕਦੀ ਵਾਰਸ ਨੂੰ ਵੇਦੀ ਏ ਕਦੀ ਚਾਰ ਸਾਲ ਦੇ ਪੁੱਤਰ ਨੂੰ ਵੇਖ ਕੇ ਉਹਦੀ ਖੁਸ਼ੀਆਂ ਦੀ ਇਤਲਾਹ ਦੇਵਣ ਸੌਖੀ ਏ ਉਹ ਬਹਿਣਾ ਨੇ ਇਹ ਫਿਰਾਏ ਕੇ ਵੰਜ ਕੇ ਆਖਸੇ ਕੀ ਆਖਸੇ ਜੋ ਫਿਰਾ ਮਰ ਗਏ ਨਿੱਕੇ ਨਿੱਕੇ ਹੱਥ ਬੰਨ ਕੇ ਆਦਾ ਅੰਮਾ ਸੋਚ ਨਹੀਂ ਮੇਰੇ ਬਾਬੇ ਦਾ ਆਖਰੀ ਵੇਲੇ ਮਿੰਨਤ ਲਾ ਮੇਰੀ ਇਹੋ ਜਿਹੀ ਸ਼ਕਲ ਬਣਾ ਜਿਵੇਂ ਯਤੀਮਾਂ ਦੀ ਆਉਂਦੀ ਹੈ ਮੇਰੀ ਸੈਣ ਨੂੰ ਮਸ਼ਵਰਾ ਪਸੰਦ ਆਇਆ ਹਸਨ ਇਮਾਮ ਪਵੇ ਦਿਆਣ ਵੇੜੇ ਚਾਰ ਸਾਲ ਦਾ ਪੁੱਤਰ ਬਿਠਾਇਆ ਮੇਰੀ ਸੈਣ ਪਿੱਤਰ ਦੀਆਂ ਆਸਤੀਨਾਂ ਉਲਟੀਆਂ ਪਿਓਵੇ ਦਾਰਿਆ ਮੇਰੀ ਸੈਣ ਗਿਰਬਾਨ ਚਾਹ ਕੀਤਾ ਪਿਓ ਬਰਦਾਸ਼ਤ ਕੀਤਾ ਬਲਕਸਰ ਲਿਆ ਮੈਨ ਕੁਰਾਨ ਦੀ ਕਸਮ ਉਸਲੇ ਸਹਿਰ ਦਾ ਜਗਰ ਚ ਦਰਦ ਭੁੱਲ ਗਏ ਜਦਣ ਮਾਂ ਪੁੱਕ ਮਿੱਟੀ ਦੀ ਚਾਹ ਕੇ ਕਾਸਮ ਦੇ ਵਾਲਾ ਚ ਰਲਾਈਏ ਸੱਜਾ ਹੱਥ ਚਾਹ ਕਿਆ ਦਿਨ ਮੇਰੀ ਨਿਭ ਵੈਸੀ ਮੇਰੇ ਨੂੰ ਯਤੀਮ ਨਾ ਮਰਹਬਾ ਮਰਹਬਾ ਮੈਂ ਸਦਕੇ ਬਾਈ ਮੈਂ ਸਦਕੇ ਬਾਈ ਮੈਂ ਸਦਕੇ ਬਾਈ ਮਾਂ ਕਾਸਮ ਦੀ ਅਜੇ ਮੈਂ ਜ਼ਿੰਦਾ ਮੇਰੀ ਜ਼ਿੰਦਗੀ 'ਚ ਮੇਰੇ ਕਾਸਮ ਨੂੰ ਯਤੀਮ ਨਾ ਬਣਾ ਮੇਰੀ ਸੈਣਾ ਦੀ ਲੈ ਮੇਰਾ ਪੁੱਤਰ ਸਰ 'ਤੇ ਹੱਥ ਰੱਖ ਲੈ ਜਿਹੜੇ ਪਾਸੇ ਵੇਖੇ ਵੇਖਣ ਵਾਲੇ ਨੂੰ ਪਤਾ ਹੋਵੇ ਸੀ ਇਹ ਯਤੀਮ ਭੱਜ ਪੇ ਭੱਜਦਾ ਆਇਆ ਉਸ ਦਰਵਾਜ਼ੇ 'ਤੇ ਆਏ ਬਲਕਸਰ ਲਿਆ ਜਿੱਥੇ ਮੁਹੰਮਦ ਨਬੀ ਰੁਕਦਾ ਹੀ ਜਿੱਥੇ ਜਬਰੀ ਰੁਕਦਾ ਹੀ ਆਪਣੇ ਆਪ ਨੂੰ ਆਦੇ ਇੱਥੇ ਤੇ ਬਾਬਾ ਕਦੀ ਉੱਚਾ ਨਾਇਣ ਬੋਲੇ ਇੱਥੇ ਦਾਦਾ ਅਲੀ ਕਦੀ ਉੱਚਾ ਨਾਇਣ ਬੋਲੇ ਦਰਵਾਜ਼ੇ 'ਤੇ ਹੱਥ ਰੱਖੇ ਦਰਵਾਜ਼ਾ ਭਾਰੀ ਆਈ ਆਪਣੇ ਆਪ ਨੂੰ ਆਦੇ ਹੈ ਇਹ ਵੀ ਅਮੀਰ ਪਿਓ ਦੀਆਂ ਧੀਆਂ 'ਤੇ ਬਚਣਾ ਮੇਰੇ ਬਾਬੇ ਵੀ ਕੋਈ ਨਹੀਂ ਉੱਚਾ ਕਿਵੇਂ ਬੋਲਾਂ ਫੇਰਾ ਦੇ ਚਲੋ ਬਹਾਨਾ ਕਦੀ ਤੇ ਬੂਹਾ ਖੋਲ ਰਹੇ ਸੀ ਜਦਣ ਕੂਫੇ 'ਚ ਅਲੀ ਦੀ ਧੀ ਬਾਬਾ ਦਫਨਾ ਕੇ ਆਈ ਏ ਫੇਰਾਵਾਂ ਦੇ ਸਾਹਮਣੇ ਹੱਥ ਬੰਨ ਕੇ ਆਦੀ ਏ ਸਾਰੀਆਂ ਸਿਫਤਾਂ ਪਿਓ ਦੀਆਂ ਲੈ ਲਓ ਜਿਹੜਾ ਸੁਬਹ ਸੁਬਹ ਬਾਬਾ ਖੈਰਾਤ ਦਿੰਦਾ ਮੇਰੇ ਪਿਓ ਦੇ ਦਰਵਾਜ਼ੇ ਅੱਗੇ ਸਵਾਲੀਆਂ ਦਾ ਰਸ਼ ਆਉਂਦਾ ਹੀ ਮੈਂ ਮਿੰਨਤ ਕਰਨੀ ਆ ਮੈਂ ਅਲੀ ਦੀ ਅਲੀ ਧੀਆਂ ਮੇਰਾ ਦਿਲ ਖੈਰਾਤ ਵਾਲਾ ਸਿਲਸਿਲਾ ਮੇਰੇ ਕੋਲ ਆਣ ਦਿਓ ਪੂਰੇ ਮਦੀਨੇ 'ਚ ਐਲਾਨ ਹੀ ਆਲੀ ਐਲਾਨ ਕੀਤਾ ਮੰਗਣਾ ਵਿਆ ਕਰੋ ਯਤੀਮ 24 ਘੰਟਿਆਂ 'ਚੋਂ ਜਿਹੜੇ ਵੇਲੇ ਆਵੇ ਮੈਂ ਖਾਲੀ ਨਾ ਟੋਰ ਸਾਂ ਫਜਰ ਪੜ ਕੇ ਫਿਜ਼ਾ ਦੀ ਮੈਂ ਦਰਵਾਜ਼ਾ ਖੋਲ ਲਈ ਸਵਾਲੀਆਂ ਦੀਆਂ ਕਤਾਰਾਂ ਲੱਗੀਆਂ ਇੱਥੇ ਕਾਸਮ ਬਹਿ ਗਏ ਉੱਥੇ ਬਤੂਲ ਦੀਆਂ ਧੀਆਂ ਮੁਸੱਲੇ 'ਤੇ ਨਿਮਾਜ਼ੇ ਛੱਪੜ ਬੈਠੀਆਂ ਨੇ ਫਿਜ਼ਾ ਦੀਏ ਮੈਂ ਡਿੱਠੇ ਜ਼ੈਨਬ ਕਲਸੂਮ ਅਲ ਵੇਖਿਆ ਕਲਸੂਮ ਜ਼ੈਨਬ ਅਲ ਵੇਖਿਆ ਵਾਲ ਖੁੱਲੇ ਹੋਏ ਦਿਆਲੀਆ ਪਈਆ ਦੀਏ ਕਲਸੂਮ ਦੁਆ ਮੰਗ ਸ਼ਾਲਾ ਫਿਰਾਵਾਂ ਨੂੰ ਖੈਰ ਹੋਏ ਕੇ ਬਣਿਆ ਫਰਮੈ ਰਾਤੀ ਖਾਬ ਡਿੱਠੇ ਮੇਰੀ ਅੰਮਾ ਜ਼ਹਰਾ ਦੇ ਵਾਲ ਖੁੱਲੇ ਹੋਇਆ ਕਲਸੂਮਾ ਦੀਏ ਮੈਂ ਵੀ ਡਿੱਠੇ ਨਬੀਆਂ ਦੇ ਨਬੀ ਦੀ ਪੱਗ ਲੱਥੀ ਹੋਈ ਆਈ ਫਿਜ਼ਾ ਦੀਏ ਸੈਯਦਾ ਦੀਆਂ ਹੌਸਲਾ ਕਰੋ ਮੈਂ ਪਤਾ ਕਰਨੀ ਆ ਫਿਜ਼ਾ ਦੀ ਮੈਂ ਸੇਨੀ 'ਚ ਨਿਕਲੀ ਆ ਰਾਤ ਦੇ ਵੇਲੇ ਆਵਾਜ਼ ਦੂਰ ਤੱਕ ਜਾਂਦਾ ਫਿਜ਼ਾ ਦੀ ਏ ਮੈਨੂੰ ਬਾਹਰ ਰੋਵਣ ਦੀ ਆਵਾਜ਼ ਆਈ ਆਦੀ ਮੈਂ ਦਰਵਾਜ਼ਾ ਖੋਲਾਂ ਤੇ ਵੇਖਾਂ ਚਾਰ ਪੰਜ ਸਾਲ ਦਾ ਬੱਚਾ ਹੈ ਫਿਜ਼ਾ ਦੀ ਮੈਨੂੰ ਪੱਕ ਹੋ ਗਿਆ ਕੋਈ ਮੰਗਣ ਵਾਲਾ ਸਵਾਲ ਹੀ ਹੈ ਥੋੜ੍ਹਾ ਜਿਹਾ ਦਰਵਾਜ਼ਾ ਖੋਲ ਕੇ ਆਦੀ ਏ ਯਤੀਮ ਅਦੀਨੇ ਦਾ ਬੱਚਾ ਤੂੰ ਥੋੜ੍ਹਾ ਜਿਹਾ ਜਲਦੀ ਆ ਗਿਆ ਨਿਮਾਜ਼ੇ ਫਜਰ ਪੜ ਕੇ ਸੈਯਦਾਦੀਆਂ ਖੈਰਾਤ ਦੇਂਦੀਆਂ ਨੇ ਥੋੜ੍ਹੀ ਦੇਰ ਇੰਤਜ਼ਾਰ ਕਰ ਤਹੱਜਦ ਪੜ ਬੈਠੀਆਂ ਨੇ ਫਜਰ ਪੜ ਲੈਣ ਜੋ ਮੰਗਸੇ ਮੈਂ ਦੇਸਾਂ ਬਲਕਸਰ ਆਲਿਆ ਮਿੰਬਰ ਦੀ ਕਸਮ ਤਲੀਆਂ ਟੇਕ ਮਿੱਟੀਆਂ ਤੋਂ ਉੱਠੇ ਨਿੱਕੇ ਨਿੱਕੇ ਹੱਥ ਬੰਨ ਕੇ ਆਦਾ ਦਾਦੀ ਮੰਗਣ ਵਾਲਾ ਨਹੀਂ ਮੈਂ ਅਮੀਰ ਪਿਓ ਦਾ ਅਮੀਰ ਪੁੱਤਰ ਆ ਮੈਂ ਸਵਾਲੀ ਨਹੀਂ ਮੈਂ ਦੱਸਣ ਆਇਆ ਮੇਰੇ ਬਾਬੇ ਨੂੰ ਜ਼ਹਰ ਮਿਲ ਗਿਆ ਮਰਹਬਾ ਇਹ ਹੱਕ ਆਈ ਬਾਈ ਇਹ ਹੱਕ ਆਈ ਬਾਈ ਇਹ ਹੱਕ ਆਈ ਬਾਈ ਮੈਂ ਸਦਕੇ ਆਵਾਂ ਆਵਾਜ਼ਾਂ ਦੇ ਸਵਾਲੀ ਨਹੀਂ ਮੈਂ ਅਮੀਰ ਹਸਨ ਦਾ ਅਮੀਰ ਪੁੱਤਰ ਆ ਜਿਵੇਂ ਡਿੱਗੇ ਕੁਰਾਨ ਨੂੰ ਮੈਂ ਲੱਖ ਲੱਖ ਵਾਰੀ ਜਿਵੇਂ ਡਿੱਗੇ ਕੁਰਾਨ ਨੂੰ ਕਾਰੀ ਮਿੱਟੀਆਂ ਤੋਂ ਚਾਹੁੰਦੇ ਬਿਸਮਿਲ੍ਲਾ ਪੜ੍ਹ ਕੇ ਕਾਸਮ ਨੂੰ ਚਾਹਿਆ
ہاں نہ لا کیا دی دادی مر جائی شکل کے بنائی ادھے وقت تھوڑے میں پھپیاں ملا فضا دیئے میں بج پیاں چادر ڈھل کے گل چا گئی جتھے علی دیاں دھیاں مسلیاں تے بیٹھیاں چار سال دا یتیم مسلے دے درمیان کھلوایا منہ تے ماتم کر کے دی تسبیح مکا تیری خواب دی تعبیر آ گئی ہے آلیا ویکھے جویں پکھی نو گز لگدا دیو ماں مر جائی وال کیوں کھولنی گریبان کیوں چا کیتے نکے نکے ہاتھ بن کے پیا دے ساڈے گھر دا در او پیا بند تھیندے کرو جلدی زینب کلسوں میں میری ماں بیوہ آفرین 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 کرلاؤ یار کرلاؤ حسین دے بھرا دا جنازہ میں لک لک واریوں ساڈے گھر دا در پیا بند تھیندے کرو جلدی زینب کلسوں میں میری ماں بیوہ پئی تھیندی ہے وہ پیا ٹردن ویر مسموں میں فرمائے میرے بابے دا لحظے دا مہمان اے پہلی نماز جڑی علی دیاں دھیاں اپنے حجرے وچ نہیں پڑھی پھر آواں دے حجرے وچ فجر جا پڑھی انہیں شپڑ بیٹھیاں سیدادیاں مسلیاں تو ٹریاں نے سونا رو لیا نے جملہ میرے مزاج نال بلکسر لیا میں قرآن دی قسم ہے اج پہلی واری عرشاں دیاں شہزادیاں بغیر نہ لین دے ویڑے چ بھج پئیاں پیراں چ نہ لین کوئی نی چادراں گل پائیاں جویں مسلیاں تو ٹریاں نے بھج پئیاں نے قدم دا بابا پیا تڑپ دے فرمایا شام دا کلا پیا تڑپ ادھر سیدادیاں ٹریاں نے ادھر جگر حسن ٹکڑے بن کے باہر پہ آندے نے فروا سینا دیے میں اگے تشت رکھے ہویا میرے امام دا منہ تشت آئی اے سامنے داڑی چ خون اے چولے تے خون اچانک فروا دیے جی میں پکھی نوں گز لگدا سر چایا نے میں نہ دن میں لگدا میری بہنا آ گئی میں بہنا دی عصمت دی خوشبو آ رہی تشت مٹیاں تے رکھ ذرا ویڑے چ ویک آندیاں پئیاں نہیں کوئی نہ فروا دی میں بھج کے گئی ہاں تے واپس آ کے دی مولا آ گئی عجیب جہا سوال کیتے فاطمیاں دی ہائے نکل ویسی حسن امام آدن ہے فروا آہستہ پہ ٹر دیے یا تیز ممبر دی قسم ہے ماتم کر کیا دی جڑی مسلے تو آہستہ وین دی آئی زینب بھج دی آندی ہے وال کھلے ہوئے لا دن تش چھپا متا زینب مارون مرحبا مرحبا ماحول سونا بن گیا بھائی ماحول سونا بیٹھ کے بیٹھ کے میں صدقے آوازاں دے ٹکڑے لکا میری نرم دل بہنا نے وال کھلے ہوئے پیراں چ نہ لین کوئی نہیں بج دی آئیے ام فروا روایت کر دیے میں تشا کے دوجے کمرے جا رہی ہاں میرے مونڈے تے اترا کیا دی نہ لکا من دے میں ہتھاں تے جھل دی ہاں پھر دے گل بائی پا کیا دی کلیاں تڑپ داری ہے وے بھینا ڈرا کلے خواب مرحبا 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 بھائی آنکھوں تے دو بین میں کرا ورنہ ماحول تے سونا بن گیا علی دی دھی دے بین بلند ہوئے یسرب ہلن لگ پیا جوانان بنی ہاشم مسلے چھوڑ کے دوڑ سارے بھجدے حجرے حسنی چاہیں ایک ایک نوے دے رہے مسلم آگئے حنفی آگئے حسین آگئے یحیی آگئے اسحاق آگئے علی اوسط آگئے سارے آئے بہنا آ گئی سجے کھبے وے کدن آ گئے ہو آ گیا کتھے میرا کربلا دا مسافر کنڈل پاسو آواز آئی میں سینے دی ٹیک لائی ہوئی فرمے دے نائی دے بعد امام تو اے امام دی پگ پھرا دے سر تے رکھ دے زہر پی کے میں بچائے ضربان جھل کے دین بچانا پوی کل تیری واری ہو کتھے گئی ہے میری شام دی مسافرہ بہن فرمایا سجا ہاتھ میرے کول اے کھلوتی ہے کلزوم فرمایا کبے پاسے میں ہر بندے دی ہائے نکل ویسی جنہاں دے گھراں تے غازی دا لمے ہولے ہولے آواز اندر کتھے گئی ہے میری رقیہ بہن پیر والے پاس آواز آئی سچے کھبے بہنا نی کنیز دی مٹیا مرحبا مرحبا مرحبا
ਹਨਫੀਆ ਮੈਂ ਖਲੋਤਾ ਮੁਸਲਮ ਮੈਂ ਖਲੋਤਾ ਪਰ ਮੈਂ ਦਿਨ ਕਿੱਥੇ ਮੇਰਾ ਕਾਸਮ ਨਿੱਕੇ ਨਿੱਕੇ ਹੱਥ ਚਾਰ ਪਾਏ ਨਾਲ ਬਾਬਾ ਮੈਂ ਪਰ ਮੈਂ ਲਈਆ ਮੇਰੇ ਕਰੀਬ ਚਾਰ ਸਾਲ ਦਾ ਕਾਸਮ ਉੱਠੇ ਪਰ ਮੈਂ ਸੱਜਾ ਹੱਥ ਦੇ ਸੱਜਾ ਹੱਥ ਦਿੱਤਾ ਨੇ ਨਿੱਕਾ ਜਿਹਾ ਪੁੱਤਰ ਦਾ ਹੱਥ ਪਕੜ ਕੇ ਆਪਣਾ ਕੰਬਦਾ ਹੱਥ ਹੈ ਹੱਥ ਪੁੱਤਰ ਦਾ ਦੇ ਕੇ ਸ਼ਬੀਰ ਦੇ ਹੱਥ ਚਾ ਦੇਣ ਅੱਜ ਦੇ ਬਾਅਦ ਇਹਨਾਂ ਆਪਣਾ ਪੁੱਤਰ ਸਮਝ ਮਿੰਨਤ ਪਿਆ ਕਰਨਾ ਆਖਰੀ ਵੇਲੇ ਫਿਰਾ ਦੀ ਵਸੀਅਤ ਯਾਦ ਰੱਖੀ ਇੱਕ ਦਿਨ ਦਾ ਬਨਰਾ ਬਣਾਵੇ ਮੇਰੇ ਪੁੱਤਰ ਨੂੰ ਸੇਰੇ ਜ਼ਰੂਰ ਪਾਵੇ ਮੈਂ ਸਦਕੇ ਆਵਾਂ ਵਸੀਤਾਂ ਕਰ ਬੈਠੇ ਨੇ ਸਾਰਿਆਂ ਦੀਆਂ ਭਾਰਤਾਂ ਦੇ ਬੈਠੇ ਨੇ ਸੱਜੇ ਖੱਬੇ ਵੇਖ ਕੇ ਆਦੇ ਨੇ ਉਹ ਕਿਨ ਗਏ ਜਿਹਨੂੰ ਅੰਮਾ ਤਹੱਜਦ ਵਿੱਚ ਮੰਗਿਆ ਉਹ ਕਿਨ ਗਏ ਜਿਹਦਾ ਜ਼ਖਮੀ ਹੱਥਾਂ ਨਾਲ ਚੋਲੇ ਸੀਂਦੀ ਰਹੀ ਉਮਲ ਬਨੀਨ ਦੀ ਆਵਾਜ਼ ਆਈਏ ਬਾਹਰ ਖਲੋਤੇ ਪਰ ਮੈਂ ਬੁਲਾਓ ਮੇਰੇ ਫਿਰਾ ਅੱਬਾਸ ਨੂੰ ਅੰਦਰ ਆਵੇ ਮਿੰਬਰ ਦੀ ਕਸਮ ਹੈ ਪਾਰੂ ਆਵਾਜ਼ ਆਏ ਅੰਦਰ ਕਿਵੇਂ ਆਵਾਂ ਜ਼ੈਨਬ ਦੇ ਵਾਲ ਖੁੱਲੇ ਹੋਏ ਬਤੂਲ ਦੀਆਂ ਧੀਆਂ ਦੀਆਂ ਚਾਦਰਾਂ ਲੱਥੀਆਂ ਹੋਈਆਂ ਨੇ ਹਸਨ ਆਦਨ ਅੱਜ ਘਰ ਖਲੋਤੀਆਂ ਨੇ ਇਹ ਹਾਲਤ ਹੀ ਸ਼ਾਮ ਦਾ ਦਰਬਾਰ ਆਉਣਾ ਹੈ 5 ਲੱਖ ਬਦਮਾਸ਼ਾਂ ਦਾ ਮਜਮਾ ਸੀ ਵਾਲ ਖੋਲ ਕੇ ਆਖੀ ਰਾਹ ਦਿਓ ਮਰਹਬਾ ਮਰਹਬਾ ਮੁਕਾਣਾ ਕਬੂਲ ਹੋਣ ਬਾਈ ਮੁਕਾਣਾ ਕਬੂਲ ਹੋਣ ਬਾਈ ਭੇਣਾਂ ਦੇ ਵੇਦਿਆਂ ਫਿਰਾ ਮੁੱਕ ਗਿਆ ਪੁੱਤਰਾਂ ਧੀਆਂ ਦੇ ਵੇਦਿਆਂ ਹਸਨ ਮੁੱਕ ਗਿਆ ਅੱਖਾਂ ਬੰਦ ਹੋ ਗਈਆਂ ਇੰਨਾ ਲਿਲਾ ਹੇ ਵਾਈ ਨਾਈ ਲੈ ਹੇ ਰਾਜਿਓਂ ਗੁਸਲ ਹੋਇਆ ਮੈਂ ਮੁਕਾਵਾਂ ਅਮੀਰ ਜੋ ਹਾਈ ਗੁਸਲ ਹੋਇਆ ਬਲਕਸਰ ਵਾਲਿਆ ਕਫਨ ਪਵਾਇਆ ਅਮੀਰ ਜੋ ਹਈ ਅਮੀਰਾਂ ਦਾ ਕਫਨ ਆਉਂਦਾ ਸੋਹਣਾ ਜਨਾਜ਼ਾ ਸੱਜ ਗਿਆ ਜਿਸਲੇ ਮਹਿਣਾ ਵਾਲ ਖੋਲੇ ਮਹਿਣਾ ਦੇ ਵਹਿਣਾ ਚ ਫਿਰਾਵਾਂ ਫਿਰਾ ਦਾ ਜਨਾਜ਼ਾ ਚਾਇਆ ਇਮਾਮ ਦਾ ਘਰ ਨਿਸਬਤ ਦਿੱਤੀ ਜਾ ਸਕਦੀ ਹੁਣ ਮੈਂ ਇਸ਼ਾਰਾ ਕਰ ਸਾਂ ਤੇ ਜਨਾਜ਼ਾ ਸੀ ਉਸ ਜਨਾਜ਼ੇ ਨੂੰ ਵੇਖ ਸੋ ਤੇ ਮੇਰਾ ਜੁਮਲਾ ਯਾਦ ਕਰ ਸੋ ਫਿਰ ਤੁਹਾਡੀ ਅਕੀਦਤ ਵਧਵੇ ਸੀ ਰਿਕਤ ਵਧਵੇ ਸੀ ਇੱਥੋਂ ਬਿਲਾ ਤਸ਼ਬੀਹ ਜਵਾਨਾਂ ਨੇ ਬਣੀ ਹਾਸ਼ਮ ਹਸਨ ਦਾ ਜਨਾਜ਼ਾ ਚਾਇਆ ਉੱਥੇ ਗਏ ਤੇ ਬਹਿਣਾ ਡਿੱਠੇ ਵਾਲ ਖੁੱਲ ਗਏ ਰੁੰਨੀ ਅਲੀ ਦੀ ਵੱਡੀ ਧੀ ਫਰਮਾਇਆ ਹੁਸੈਨ ਇੱਕ ਮਿੰਟ ਫਿਰੇ ਫਿਰਾ ਦਾ ਜਨਾਜ਼ਾ ਰੋ ਕਿਉਂ ਰੋਕੇ ਫਰਮਾਇਆ ਮੇਰਾ ਦਿਲ ਕਰਦਾ ਦਰਵਾਜ਼ੇ ਤਾਈ ਅਸੀਂ ਵੀਰ ਦਾ ਜਨਾਜ਼ਾ ਚਾੜਨਾ ਵਿਹੜੇ ਵਿੱਚ ਅਸੀਂ ਜਨਾਜ਼ਾ ਚਾੜਨਾ ਮਿਨ ਕੁਰਾਨ ਦੀ ਕਸਮ ਹੈ ਹਸਨ ਦੇ ਜਨਾਜ਼ੇ ਨੂੰ ਮੋਂਡਾ ਸੱਜੇ ਪਾਸੂ ਜ਼ੈਨਬ ਦਿੱਤਾ ਖੱਬੇ ਪਾਸੂ ਕਲਸੂਮ ਦਿੱਤੇ ਪਿਛਲਾ ਪਾਵਾ ਰੁਕਈਆ ਪਕੜਿਆ ਹੋਇਆ ਦੋ ਕਦਮ ਚਾ ਕੇ ਜੰਨਤੁਲ ਬਕੀ ਅਲਮੋ ਕਰਕੇ ਦੀਏ ਅੰਮਾ ਜ਼ਹਰਾ ਗਵਾਰੇ ਅਮੀਰ ਦਾ ਜਨਾਜ਼ਾ ਚਾਲਿਆ ਗਰੀਬ ਦੀ ਲਾਸ਼ ਤੇ ਕੋਈ ਰੋਵਣ ਦੇਵੇ ਮੈਂ ਸਦਕੇ ਆਵਾਂ ਮੈਂ ਸਦਕੇ ਆਵਾਂ ਦਰਵਾਜ਼ੇ ਤੱਕ ਬਤੂਲ ਦੀਆਂ ਨਹੀਆਂ ਨਾਲ ਗਈਆਂ ਯਕੀਨਨ ਪਰਦੇਦਾਰ ਦਰਵਾਜ਼ੇ ਦੇ ਅੰਦਰ ਰਹਿੰਦੇ ਇਹ ਤੇ ਅਰਸ਼ਾਂ ਦੀਆਂ ਸ਼ਹਿਜ਼ਾਦੀਆਂ ਦਰਵਾਜ਼ੇ ਦੇ ਅੰਦਰੋਂ ਬਹਿਣਾ ਖਲੋ ਗਈ ਫਿਰਾ ਦਾ ਜਨਾ ਮਦੀਨੇ ਦੀ ਗਲੀ ਚ ਆਪਣੇ ਵਿਹੜਿਆਂ ਤੁਸੀਂ ਵੇਖਿਆ ਸੀ ਹਰ ਘਰ ਮੌਤ ਤੇ ਜਦ ਤੱਕ ਫਿਰਾ ਦੀ ਚਾਰ ਪਾਈ ਜਨਾਜ਼ੇ ਵਾਲੀ ਕਬਰਸਤਾਨ ਚੋਂ ਖਾਲੀ ਨਹੀਂ ਆਉਂਦੀ ਬਹਿਣਾ ਖਲੋ ਕੇ ਵੇਦੀਆਂ ਆਉਂਦੀਆਂ ਨੇ ਆਉਂਦਿਆਂ ਸਵਾਲ ਕਰਦੀਆਂ ਨੇ ਬੰਦੇ ਕਿਤਨੇ ਆ ਫਿਰਾ ਦਸ ਦਿਨ ਬੜਾ ਸੋਹਣਾ ਜਨਾਜ਼ ਹੋਇਆ ਬੜਾ ਰਸ਼ ਹੋਇਆ ਅੱਲਾ ਦੇ ਹਵਾਲੇ ਅਜੇ ਬਹਿਣਾ ਖਲੋਤੀਆਂ ਮਿਣ ਕੁਰਾਨ ਦੀ ਕਸਮ ਏ ਜਨਾਜ਼ਾ ਬਾਹਰ ਨਿਕਲਿਆ ਜੇ ਮਾਤਮ ਕਰੋ ਤੇ ਆਖਰੀ ਵੇਣ ਮੈਂ ਕਰਾਂ ਥੱਕੇ ਤੁਸੀਂ ਪਏ ਹੋ ਸੋ ਦਿਲ ਮੇਰਾ ਵੀ ਰੋਵਣ ਤੇ ਖੁਦਾ ਕਰੇ ਹਰ ਮਾਤਮੀ ਦਾ ਫੁਰਸਤ ਸਰ ਤੇ ਹੋਵੇ ਸੋਹਣਾ ਮਾਹੌਲ ਬਣੇ ਤੇ ਮੈਂ ਹਸਨ ਅਮੀਰ ਦਾ ਜਨਾਜ਼ਾ ਮੰਗਾਵਾਂ ਗਲੀ ਜਨਾਜ਼ਾ ਆਇਆ ਜਨਾਜ਼ਾ ਨਾਲ ਹਥਿਆਰ ਲੈ ਕੇ ਕੋਈ ਨਹੀਂ ਟੁਰਦਾ ਇੱਕ ਸਾਹਮਣੇ ਬੰਦਾ ਖਲੋਤਾ ਹਸਨ ਕਿੱਥੇ ਲੈ ਚੱਲੇ ਜਨਾਜ਼ਾ ਫਿਰ ਮੈਂ ਨਾਨੇ ਦੀ ਕਬਰ ਤੇ ਕਿਉਂ ਵਸੀਅਤ ਆਈ ਹੋ ਸਕੇ ਤੇ ਮੈਂ ਨਾਨੇ ਕੋਲ ਦਫਨਾਵੇ ਦਿਨ ਕੋਈ ਨਾ ਉਹ ਕਬਰ ਰਾਂ ਦਿਓ ਕਬਰਸਤਾਨ ਨਾ ਬਣਾਓ ਫਰਮਾਇਆ ਨਾਨਿਆ ਕੋਲ ਨਿਵਾਸੇ ਦਫਨੀ ਨੇ ਆਦੇ ਨਹੀਂ ਅਸੀਂ ਨਹੀਂ ਦਫਨੀ ਦੇਣਾ ਮੈਂ ਮਿੰਬਰ ਦੀ ਕਸਮ ਹੈ ਗੱਲ ਮੁੱਕੀ ਏ ਕਿਸੇ ਇਸ਼ਾਰਾ ਕੀਤਾ ਹੋ ਬਲਕਸਰ ਆਲਿਆ ਤੇਰੇ ਜਨਾਜ਼ੇ ਤੇ ਕੋਈ ਵੱਟਾ ਮਾਰੇ ਤੂੰ ਬਦੂਕਾ ਕੱਢ ਲੈ ਲਾਇਆ ਮੈਂ ਗਾਜ਼ੀ ਦੇ ਅਲਮ ਤੇ ਹੱਥ ਰੱਖ ਕੇ ਕੁਰਾਨ ਚਾ ਦੇਣਾ ਜ਼ੈਨਬ ਦੇ ਫਿਰਾ ਦੇ ਜਨਾਜ਼ੇ ਤੇ ਮੁਸਲਮਾਨਾਂ ਤੀਰ ਮਾਰੇ ਚੋਂ ਪਾਸੂ ਤੀਰਾਂ ਦੀ ਬਾਰਿਸ਼ ਹੋਈ ਹੈ ਸਾਰੇ ਖਲੋਤੇ ਰਹੇ ਨਾ ਗਾਜ਼ੀ ਭੱਜ ਪਿਆ
پاگل تھی ہوئی ہے پیادے نے حنفیا تو جنازہ سنبھال میں تلوار چاہیا ہاں ادو قاضی اپنے حجرے چ گیا ادو زینب سجے جھنیے کلسوم کھبے جھنیے رو کیا دیے اجڑ گئیاں پہلا موقع ہے اج غازی میرا سلام نہیں کیتا عباس تلوار لے کے دوڑے آئے حسین دی نگاہ پئیے رنے نے حسین حسین آدن میں ڈٹھے زینب آدیے میرے پھراواں دی پاگل تھی ہوئیے منظر جڑے مدینے دی گلی میں سناوا آلیا دیے میں ڈٹھے حسین پیا دین رو ویری آنکھے او شبیری آنکھے میت نو انتا کوئی نہیں مرے دا اوے رو ویری آنکھے شبیری آنکھے میت نو انتا کوئی نہیں مرے دا بال کھلے ان حسین آدن نا تیر مارو آمین دا گزارو اتھ میں پھر آکو دفن نہیں کرے دا آگیا میرے امام دا جنازہ شبیر پیادے نے نا تیر مارو آمین دا گزارو اتھ میں پھر آکو دفن نہیں کرے دا اور رو ویری آنکھے شبیر آنکھے میت کو انتا کوئی نہیں ایو جنازہ میرے امام دا جدن گھر گئے سارے ہاشمی رون دیان عباس تے وال کھلے ہوئے قدمہ تے ہاتھ لا کے دل میں نو معاف کرے خاتون دی تھی تے تیرا مان ودا نہیں سگیا اور اے لگ دے تیر جنازے تے میں حسن بچا حسین پیادے نے نا تیر مارو امن تا گزارو میت نو انتا کوئی نہیں مر ماتم حسین میں صدقی عوالیا دی آواز آئی کس مارے ہے رو کے پیادے نے جنہ تیری مادا اے درہائی جلایا جنہ تیری مادا درہائی جلایا اللہ حسن دا میت ہے بلایا حسین پیادے نے نا تیر مارو منت ماتم ہے Yeah.